ਅਸੀਂ ਬਿਲਕੁਲ ਫਰੰਟ ਲਾਈਨ 'ਤੇ ਖੜ੍ਹੇ ਸੀਗੇ ਜੀ, ਜਿੱਥੇ ਇਹਨਾਂ ਨੇ ਉਹ ਬੈਰੀਕੇਡਿੰਗ ਦੇ ਲਈ ਸੂਏ ਲਗਾਏ ਹੋਏ ਨੇ, ਉੱਥੇ ਪੁੱਟਦਿਆਂ ਹੋਇਆ ਇਹ ਰੈਗੂਲਰ ਜਿਹੜਾ ਫਾਇਰ ਜਿਹੜਾ ਚੱਲਦਾ ਪਿਆ ਹੈ, ਉੱਥੇ ਮੈਨੂੰ ਇਹ ਆ ਕੇ ਲੱਗਿਆ ਜੀ ਫਾਇਰ। ਸਾਡੇ ਕੋਲ ਪਿੱਤਲ ਦੀਆਂ ਗੋਲੀਆਂ ਆਈਆਂ ਵੀ ਜਿਹੜੀਆਂ ਇਹਨਾਂ ਨੇ ਚਲਾਈਆਂ, ਛੋਟੀਆਂ ਗੋਲੀਆਂ ਰਬੜ ਦੀਆਂ ਜਿਹੜੀਆਂ ਚਲਾਈਆਂ ਗਈਆਂ, ਇਹਦੇ ਨਾਲ ਕਿੱਲ ਗੱਡੇ ਐਡੇ ਐਡੇ ਮੋਟੇ ਸਰੀਏ ਜਿਹੜੇ ਪੁੱਟ ਕੇ ਲਿਆਉਂਦੇ ਕਿਸਾਨਾਂ ਨੇ ਉਹ ਗੱਡੇ ਗਏ ਆ। ਇਹਦੇ ਨਾਲ ਹੀ ਹੁਣ ਤੁਸੀਂ ਵੇਖ ਲਓ ਵੱਡੇ ਬੰਬ ਜੜੇ। ਜ਼ਬਰ ਦਾ ਸਾਹਮਣਾ ਹਮੇਸ਼ਾ ਸਬਰ ਨਾਲ ਕੀਤਾ ਜਾਂਦਾ ਹੈ, ਜੇ ਜ਼ਬਰ ਨੂੰ ਜ਼ਬਰ ਹੋ ਕੇ ਟੱਕਰਾਂਗੇ ਤਾਂ ਉਹ ਸਾਡੇ ਵਾਸਤੇ ਗਲਤ ਹੋਊਗਾ, ਅਸੀਂ ਜ਼ਬਰ ਦਾ ਸਾਹਮਣਾ ਸਬਰ ਨਾਲ ਕਰਾਂਗੇ। ਸ਼ੰਭੂ ਬਾਰਡਰ ਤੇ ਕਿਸਾਨ ਜਦੋਂ ਜਹਿਦ ਕਰ ਰਹੇ ਨੇ ਤਾਂ ਜੋ ਦਿੱਲੀ ਨੂੰ ਕੂਚ ਕਰ ਸਕਣ, ਪਰ ਇਸ ਦੌਰਾਨ ਪ੍ਰਸ਼ਾਸਨ ਨੇ ਜੋ ਇੰਤਜ਼ਾਮ ਕੀਤੇ ਨੇ ਉਹ ਉਹਨਾਂ ਦਾ ਇਸਤੇਮਾਲ ਕਰ ਰਹੇ ਨੇ। ਹੰਝੂ ਗੈਸ ਦੇ ਗੋਲੇ ਤੇ ਆ ਹੀ ਰਹੇ ਨੇ, ਜੋ ਰਬੜ ਬੁਲੇਟਸ ਨੇ ਉਹ ਵੀ ਦਾਗੀਆਂ ਜਾ ਰਹੀਆਂ ਨੇ ਤੇ ਜ਼ਖਮੀ ਵੀ ਕਈ ਕਿਸਾਨ ਹੋ ਰਹੇ ਨੇ, ਤੇ ਸਭ ਦੇ ਸਾਹਮਣੇ ਹੀ ਇਹ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨ ਫੱਟੜ ਹੋ ਰਹੇ ਨੇ। ਕੋਸ਼ਿਸ਼ ਸਵੇਰ ਤੋਂ ਜਾਰੀ ਹੈ, ਕਿੱਥੋਂ ਤੱਕ ਪਹੁੰਚ ਗਏ ਹੋ, ਕੀ ਸਰਕਾਰ ਨਾਲ ਕੋਈ ਗੱਲ ਵੀ ਹੋ ਰਹੀ ਹੈ? ਦੇਖੋ ਜੀ, ਪਹਿਲੀਆਂ ਦੋ ਸਟਕਾਂ ਸਰਕਾਰ ਦੇ ਨਾਲ ਹੋਈਆਂ, ਪਰ ਉਹਨਾਂ ਨੇ ਸਰਕਾਰ ਨੇ ਕੋਈ ਇਹਦਾ ਕੋਈ ਰਾਹ ਰਸਤਾ ਨਹੀਂ ਦਿੱਤਾ। ਲਗਾਤਾਰ ਕੁਝ ਮੰਗਾਂ 'ਤੇ ਸਹਿਮਤੀ ਬਣਦੀ ਰਹੀ ਆ, ਪਰ MSP ਦੀ ਕਾਨੂੰਨੀ ਗਰੰਟੀ ਨਾਲ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਅਤੇ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਪੇਜ ਫਸ ਗਿਆ। ਸਾਨੂੰ ਲੱਗਦਾ ਵੀ ਸਰਕਾਰ ਸੁਰੇ ਦੀ ਨਹੀਂ, ਸਰਕਾਰ ਚਾਹੁੰਦੀ ਵੀ ਆ ਸਾਰਾ ਕੁਝ ਕੀਤਾ ਜਾਵੇ ਕਿਸਾਨਾਂ ਦੇ ਨਾਲ, ਉਹਨਾਂ ਕਿਸਾਨਾਂ ਦੇ ਨਾਲ ਜਿਹੜੀਆਂ 60 ਬੋਰੀਆਂ ਕਣਕ ਦੀਆਂ ਕੇਂਦਰੀ ਪੂਲ ਦੇ ਵਿੱਚ ਕਣਕ ਦੀਆਂ ਪਾ ਰਿਹਾ, 40 ਬੋਰੀਆਂ ਪੰਜਾਬ ਦੇ ਕਿਸਾਨ 1.5 ਕਿੱਲੇ ਦੇ ਮਾਲਕ ਹੁੰਦਿਆਂ ਝੋਨੇ ਦੀਆਂ ਪਾ ਰਿਹਾ। ਅਤੇ ਅੱਜ ਸਰਕਾਰ, ਅੱਜ ਸਾਰੇ ਮੀਡੀਆ ਨੇ ਨਹੀਂ, ਸਾਰੇ ਹਿੰਦੁਸਤਾਨ ਨੇ ਨਹੀਂ, ਸਾਰੀ ਦੁਨੀਆ ਨੇ ਵੇਖ ਲਿਆ ਵੀ ਹਿੰਦੁਸਤਾਨ ਦੀ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਦੇ ਨਾਲ, ਹਰਿਆਣੇ ਦੇ ਕਿਸਾਨਾਂ ਦੇ ਨਾਲ, ਲੋਕਾਂ ਦੇ ਨਾਲ ਵਤੀਰਾ ਕਿਹੋ ਜਿਹਾ। ਆਹ ਵੇਖੋ, ਬੜੀਆਂ ਬੜੀਆਂ ਆਵਾਜ਼ਾਂ ਆ ਰਹੀਆਂ, ਵੱਡੇ ਵੱਡੇ ਗੋਲੇ ਚੱਲ ਰਹੇ, ਜਿਵੇਂ ਭਾਰਤ ਅਤੇ ਪਾਕ ਦੀ ਜੰਗ ਲੱਗੀ ਹੋਵੇ। ਕਹਿਣਾ ਕੀ ਚਾਹੁੰਦੇ ਲੋਕ? ਕਹਿਣਾ ਚਾਹੁੰਦੇ ਵੀ ਸਾਨੂੰ ਅੱਗੇ ਜਾਣ ਦਿਓ, ਦਿੱਲੀ ਬਹਿ ਕੇ ਅਸੀਂ ਗੱਲਬਾਤ ਕਰਾਂਗੇ, ਜੇ ਤੁਸੀਂ ਇੱਥੇ ਨਹੀਂ ਨਿਬੇੜਦੇ ਉੱਥੇ ਬਹਿ ਕੇ ਅਸੀਂ ਗੱਲਬਾਤ ਕਰ ਲਾਂਗੇ। ਬਿਲਕੁਲ ਸ਼ਾਂਤਮਈ ਪੀਸਫੁਲੀ ਲੋਕ ਆ, ਰੋਕ ਕੇ ਰੱਖਿਆ, ਕਿੱਲ ਵੀ ਲਾਏ ਗਏ ਆ, ਬੈਰੀਗੇਟ ਵੀ ਲਾਏ ਗਏ ਆ, ਵੱਡੇ ਵੱਡੇ ਪੱਥਰ ਵੀ ਲਾਏ ਗਏ ਆ, ਅਤੇ ਹੁਣ ਲਗਾਤਾਰ ਜਿਹੜੀ ਸ਼ੈਲਿੰਗ ਸਵੇਰ ਦੀ ਹੋ ਰਹੀ ਆ। ਸਾਡੇ ਕੋਲ ਪਿੱਤਲ ਦੀਆਂ ਗੋਲੀਆਂ ਆਈਆਂ ਵੀ ਜਿਹੜੀਆਂ ਇਹਨਾਂ ਨੇ ਚਲਾਈਆਂ, ਛੋਟੀਆਂ ਗੋਲੀਆਂ ਰਬੜ ਦੀਆਂ ਜਿਹੜੀਆਂ ਚਲਾਈਆਂ ਗਈਆਂ, ਇਹਦੇ ਨਾਲ ਕਿੱਲ ਗੱਡੇ ਐਡੇ ਐਡੇ ਮੋਟੇ ਸਰੀਏ ਜਿਹੜੇ ਪੁੱਟ ਕੇ ਲਿਆਉਂਦੇ ਕਿਸਾਨਾਂ ਨੇ ਉਹ ਗੱਡੇ ਗਏ ਆ। ਇਹਦੇ ਨਾਲ ਹੀ ਹੁਣ ਤੁਸੀਂ ਵੇਖ ਲਓ ਵੱਡੇ ਬੰਬ ਜੜੇ ਚੱਲ ਰਹੇ, ਅਤੇ ਕਿੰਨਾ ਵਾਸਤੇ ਆ ਸਾਰਾ ਕੁਝ। ਇੱਕ ਪਾਸੇ ਜਿਹੜੇ ਆ ਫਰਾਂਸ ਦੇ ਵਿੱਚ ਕਿਸਾਨ ਬਿਲਕੁਲ ਸ਼ਾਂਤਮਈ ਢੰਗ ਨਾਲ ਜਾ ਕੇ ਦਿੱਲੀ ਪੈਰਿਸ ਦੇ ਵਿੱਚ ਬੈਠੇ ਆ, ਬਰਲਿਨ ਦੇ ਵਿੱਚ ਬੈਠੇ ਆ, ਦੁਨੀਆ ਪੱਧਰ ਦੇ ਉੱਤੇ ਕਿਸਾਨਾਂ ਦੇ ਮਸਲਾ ਅਤੇ ਮੰਗਿਆ ਅਤੇ ਸਰਕਾਰਾਂ ਸੁਣ ਰਹੀਆਂ, ਪਰ ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਕਰ ਰਿਹਾ, ਬਿਲਕੁਲ ਮਾੜਾ ਵਤੀਰਾ ਕਿਸਾਨਾਂ ਦੇ ਨਾਲ, ਤਬਾਹੀ ਵਾਲਾ ਇਹ ਕਰ ਰਿਹਾ ਜਿਹੜਾ ਠੀਕ ਨਹੀਂ ਕਰ ਰਿਹਾ। ਨੌਜਵਾਨ ਕਾਫੀ ਫੱਟੜ ਹੋਏ ਆਪਾਂ ਦੇਖਿਆ, ਤੇ ਕੀ ਹੁਣ ਇਸ ਤਰ੍ਹਾਂ ਨਾਲ ਚੱਲਦਾ ਰਹੇਗਾ ਸਿਲਸਿਲਾ, ਕਿਉਂਕਿ ਜ਼ਖਮੀ ਵੀ ਹੋ ਰਹੇ ਨੇ ਨੌਜਵਾਨ ਤੇ? ਤਾਂ ਕਿ ਜਿਹੜੀ ਸਾਡੇ ਕੋਲ ਰਿਪੋਰਟ ਆ ਉਹ ਕੋਈ 20-30 ਨੌਜਵਾਨ ਜਿਹੜੇ ਜ਼ਖਮੀ ਹੋਏ ਆ, ਬਜ਼ੁਰਗ ਵੀ ਆ, ਦੇਖੋ ਸੱਟ ਲੱਗੀ ਆ, ਗੋਲਾ ਵੱਜਾ ਇਹਨਾਂ ਦੇ ਪੈਰ ਦੇ ਉੱਤੇ, ਇਹ ਵੀ ਜ਼ਖਮੀ ਹੋਏ ਆ। ਲਗਾਤਾਰ ਉਹਨਾਂ ਦੇ ਡਰੋਨ ਜਿਹੜੇ ਆ ਕੇ ਇਹ ਪਾਸੇ ਜਿੱਥੇ ਕਿਸਾਨ ਖਲੋਤੇ ਆ ਉੱਥੇ ਆ ਕੇ ਸ਼ੈਲਿੰਗ ਕਰ ਰਹੇ ਆ, ਅਥਰੂ ਗੈਸ ਦੇ ਗੋਲੇ ਸੁੱਟ ਰਹੇ ਆ, ਵੱਡੇ ਗੋਲੇ ਸੁੱਟ ਰਹੇ ਆ, ਅਤੇ ਇਹ ਸਾਰਾ ਤਬਾਹੀ ਦਾ ਮੰਜ਼ਰ ਆ ਜਿਹੜੀ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਆ, ਅਤੇ ਕਿੰਨਾ ਲੋਕਾਂ ਦੀ ਖਾਤਰ ਕਰ ਰਹੇ, ਜਿਹੜੇ ਕਿਰਤੀ ਲੋਕ ਆ, ਦਹਾਨਾਵਾਂ ਦੀ ਕਿਰਤ ਕਰਨ ਵਾਲੇ ਲੋਕ, ਉਹਨਾਂ ਦੀ ਖਾਤਰ, ਉਹਨਾਂ ਦੇ ਵਿਰੋਧ ਦੇ ਵਿੱਚ ਸਾਰਾ ਕੁਝ ਪਤਾ ਰਿਹਾ, ਜਿਹੜਾ ਬਹੁਤ ਮਾੜਾ ਹੈ। ਬਿਲਕੁਲ, ਕਿੱਥੋਂ ਤੱਕ ਪਹੁੰਚ ਗਏ ਸੀ ਤੁਸੀਂ, ਕਿਵੇਂ ਫੱਟੜ ਹੋ ਗਏ? ਅਸੀਂ ਬਿਲਕੁਲ ਫਰੰਟ ਲਾਈਨ 'ਤੇ ਖੜ੍ਹੇ ਸੀਗੇ ਜੀ, ਜਿੱਥੇ ਇਹਨਾਂ ਨੇ ਉਹ ਬੈਰੀਕੇਡਿੰਗ ਦੇ ਲਈ ਸੂਏ ਲਗਾਏ ਹੋਏ ਨੇ, ਉੱਥੇ ਪੁੱਟਦਿਆਂ ਹੋਇਆ ਹੈ ਰੈਗੂਲਰ ਜਿਹੜਾ ਫਾਇਰ ਜਿਹੜਾ ਚੱਲਦਾ ਪਿਆ ਹੈ, ਉੱਥੇ ਮੈਨੂੰ ਇਹ ਆ ਕੇ ਲੱਗਿਆ ਜੀ ਫਾਇਰ। ਸਵੇਰ ਤੋਂ ਹੀ ਚੱਲ ਰਹੇ ਨੇ, ਹੋਰ ਨੌਜਵਾਨ ਵੀ ਫੱਟੜ ਹੋਏ ਨੇ, ਤੇ ਇਸ ਤਰ੍ਹਾਂ ਲੰਬਾ ਸਿਲਸਿਲਾ ਕਿਵੇਂ ਚੱਲੇਗਾ? ਕਿਸਾਨਾਂ ਨੇ ਵੀ ਅਹਿਦ ਲਿਆ ਵੀ ਦਿੱਲੀ ਤੇ ਜਾਣਾ ਹੀ ਜਾਣਾ। ਜ਼ਬਰ ਦਾ ਸਾਹਮਣਾ ਹਮੇਸ਼ਾ ਸਬਰ ਨਾਲ ਕੀਤਾ ਜਾਂਦਾ ਹੈ, ਜੇ ਜ਼ਬਰ ਨੂੰ ਜ਼ਬਰ ਹੋ ਕੇ ਟੱਕਰਾਂਗੇ ਤਾਂ ਉਹ ਸਾਡੇ ਵਾਸਤੇ ਗਲਤ ਹੋਊਗਾ, ਅਸੀਂ ਜ਼ਬਰ ਦਾ ਸਾਹਮਣਾ ਸਬਰ ਨਾਲ ਕਰਾਂਗੇ। ਆਖਰੀ ਸਵਾਸ ਤੱਕ
ਕਰਾਂਗੇ, ਭਾਵੇਂ ਜਿੰਨਾ ਵੀ ਉਹਨਾਂ ਦੀ ਉਹਨਾਂ ਦੇ ਮਨ ਦੀ ਮਨਸ਼ਾ ਜੋ ਸਰਕਾਰ ਦੀ ਉਹ ਆਪਣੀ ਪੂਰੀ ਕਰ ਲਵੇ। ਉਹ ਅੱਜ ਦਾ ਦਿਨ ਆ, ਰਾਤ ਆ, ਜਾਂ ਹਫ਼ਤਾ ਭਰ ਇਹ ਚੱਲਣਾ ਆ, ਜਿਸ ਤਰ੍ਹਾਂ ਵੀ ਹੈ ਇਹਦੇ ਤੋਂ ਪਾਰ ਜਿਹੜਾ ਆਉਣਾ ਉਹ ਸਾਡੇ ਵਾਸਤੇ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ, ਕਿਉਂਕਿ ਇੱਥੋਂ ਵਾਪਸ ਜਾਣਾ ਵੀ ਸਾਡੇ ਲਈ ਮੌਤ ਆ। ਜੇਕਰ ਅਸੀਂ ਇੱਥੋਂ ਵਾਪਸ ਹੁੰਦੇ ਹਾਂ ਤਾਂ ਉਹ ਸਾਡੇ ਲਈ ਮੌਤ ਆ। ਅਸੀਂ ਬਿਲਕੁਲ ਬੇਕਿਰਕੀ ਦੀ ਮੌਤ ਨਹੀਂ ਜਾਣਾ ਚਾਹੁੰਦੇ, ਅਸੀਂ ਆਪਣੇ ਹੱਕ ਲੈ ਕੇ ਮੌਤ ਸਾਡੀ ਆ ਜਾਵੇ, ਦੈਟ ਵਨ ਇਜ਼ ਅ ਬੈਟਰ ਫੋਰ ਅਸ, ਸਾਡੇ ਲਈ ਚੰਗੀ ਗੱਲ ਆ। ਜ਼ਿੰਦਗੀ ਅਤੇ ਮੌਤ ਦਾ ਸਵਾਲ ਕਹਿ ਰਹੇ ਨੇ ਕਿਸਾਨ, ਕਿਉਂਕਿ ਉਹ ਕਹਿ ਰਹੇ ਨੇ ਕਿ ਜਿਹੜੇ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਸਰਕਾਰ ਮੰਨਦੀ ਨਹੀਂ ਹੈ, ਵਾਅਦਾ ਖਿਲਾਫੀ ਕਰਦੀ ਹੈ, ਪਹਿਲਾਂ ਮੰਨ ਜਾਂਦੀ ਹੈ ਫਿਰ ਮੁੱਕਰ ਜਾਂਦੀ ਹੈ, ਇਸ ਲਈ ਉਹਨਾਂ ਨੂੰ ਵਾਰ ਵਾਰ ਘਰੋਂ ਨਿਕਲਣਾ ਪੈਂਦਾ। ਪਰ ਜੋ ਹੁਣ ਤਸਵੀਰਾਂ ਨੇ ਕਿ ਨੌਜਵਾਨ ਵੀ ਫੱਟੜ ਹੋਏ ਨੇ, ਬਜ਼ੁਰਗ ਵੀ ਫੱਟੜ ਹੋਏ ਨੇ, ਅਗਾਂਹ ਜਦੋਂ ਉਹ ਜਾਂਦੇ ਨੇ ਤਾਂ ਅੱਗੋਂ ਜਿਹੜੀਆਂ ਰਬੜ ਬੁਲੇਟਸ ਨੇ ਉਹ ਵੀ ਫਾਇਰ ਹੁੰਦੀਆਂ ਨੇ, ਹੰਝੂ ਗੈਸ ਦੇ ਗੋਲੇ ਵੀ ਦਾਗੇ ਜਾਂਦੇ ਨੇ, ਅਤੇ ਉਹ ਇਹ ਵੀ ਕਹਿ ਰਹੇ ਨੇ ਚਾਹੇ ਇੱਥੇ ਇੱਕ ਦਿਨ ਲੱਗੇ, ਰਾਤ ਲੱਗੇ, ਹਫ਼ਤਾ ਲੱਗੇ, ਉਹ ਇੱਥੇ ਡਟੇ ਰਹਿਣਗੇ, ਕਿਉਂਕਿ ਲੰਬੇ ਕਾਫਿਲੇ ਨੇ ਤੁਸੀਂ ਪਿੱਛੇ ਦੇਖਿਆ ਕਿ ਬਹੁਤ ਲੰਬੀਆਂ ਜਿਹੜੇ ਟਰਾਲੀਆਂ ਦੀ ਇੱਕ ਕਾਫਿਲਾ ਕਤਾਰ ਲੱਗੀ ਹੋਈ ਹੈ, ਪਿੱਛੇ ਤੱਕ ਜਿਹੜੇ ਬਜ਼ੁਰਗ ਬੀਬੀਆਂ ਨੇ ਉਹ ਟਰਾਲੀਆਂ ਦੇ ਵਿੱਚ ਮੌਜੂਦ ਨੇ, ਅੱਗੇ ਨੌਜਵਾਨ ਵੀ ਨੇ, ਕਿਸਾਨ ਲੀਡਰ ਵੀ ਮੰਥਨ ਕਰ ਰਹੇ ਨੇ ਕਿ ਕਿਵੇਂ ਇਸ ਚੀਜ਼ ਨਾਲ ਨਜਿੱਠਣਾ। ਪਰ ਕਿਸਾਨ ਘਰੋਂ ਇਹ ਸੋਚ ਕੇ ਨਿਕਲੇ ਨੇ ਕਿ ਉਹ ਦਿੱਲੀ ਜਾਣਗੇ, ਪਰ ਉਹ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਜੇਕਰ ਸ਼ਾਂਤਮਈ ਤਰੀਕੇ ਨਾਲ ਜਾਣ ਦਿੰਦੇ ਤਾਂ ਉਹ ਚੰਗਾ ਹੁੰਦਾ, ਕਿਉਂਕਿ ਦਿੱਲੀ ਤਾਂ ਉਹਨਾਂ ਨੇ ਜ਼ਰੂਰ ਜਾਣਾ, ਦਿੱਲੀ ਜਾ ਕੇ ਉਹਨਾਂ ਨੇ ਆਪਣੀਆਂ ਮੰਗਾਂ ਮੋਦੀ ਸਰਕਾਰ ਦੇ ਕੰਨੀ ਜ਼ਰੂਰ ਪਹੁੰਚਾਉਣੀਆਂ ਨੇ। ਚਰਨਜੀਤ ਕੌਰ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ, ABP ਸਾਂਝਾ।